ਇੱਕ ਸਰਦਾਰ ਜੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੂਲਰ ਭੇਂਟ ਕੀਤੇ ਗਏ। ਦੱਸਦੇ ਕਿ ਗਰਮੀ ਦੇ ਮੱਦੇਨਜ਼ਰ ਰੋਜ਼ ਹੀ ਲੱਖਾਂ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਤਾਂ ਖਜ਼ਾਨੇ ਭਰਪੂਰ ਹੋਣ ਦੇ ਚੱਲਦੇ ਕੁਝ ਕਮਾਈ ਦਾ ਹਿੱਸਾ ਸੰਗਤਾਂ ਦੀ ਸੇਵਾ ਦੇ ਵਿੱਚ ਲਗਾਇਆ ਗਿਆ। ਕੰਪਨੀ ਦੇ ਵੱਲੋਂ ਇਹ ਸੇਵਾ ਕੀਤੀ ਗਈ ਹੈ ਤਾਂ ਰੋਜ਼ ਹੀ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਨੇ। ਸਮੇਂ ਸਿਰ ਇਹਨਾਂ ਕੂਲਰਾਂ ਦੀ ਸਰਵਿਸ ਹੋਵੇਗੀ। ਤਾਂ ਦੱਸਦੇ ਕਿ ਇੱਕ ਕੰਪਨੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੂਲਰ ਭੇਂਟ ਕੀਤੇ ਗਏ ਨੇ। ਪਹਿਲਾਂ ਉਹਨਾਂ ਨੇ SGPC ਤੋਂ ਆਗਿਆ ਮੰਗੀ ਸੀ, ਪ੍ਰਬੰਧਕਾਂ ਤੋਂ ਆਗਿਆ ਮੰਗੀ ਸੀ। ਮਨਜ਼ੂਰ ਹੋਣ ਤੋਂ ਬਾਅਦ ਕੰਪਨੀ ਦੇ ਵੱਲੋਂ ਕੂਲਰ ਨੇ ਜਿਹੜੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਗਏ ਨੇ ਤਾਂ ਜੋ ਸੰਗਤਾਂ ਨੂੰ ਗਰਮੀ ਦੇ ਵਿੱਚ ਇੱਥੇ ਰਾਹਤ ਮਿਲੇ। ਤਾਂ ਸਰਦਾਰ ਜੀ ਦੇ ਵੱਲੋਂ ਇਹ ਕੂਲਰ ਨੇ ਜਿਹੜੇ ਇਹ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਗਏ ਨੇ। ਔਰ ਕੰਪਨੀ ਦੇ ਬਾਰੇ ਔਰ ਉਹਨਾਂ ਦੇ ਮਾਲਕ ਬਾਰੇ ਦੱਸਦੇ ਹੋਏ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਦੇਖੋ ਜੀ, ਮੈਂ ਕੰਪਨੀ ਦਾ ਇੱਕ ਮੌਜੂਦਾ ਇੱਥੇ ਮੈਨੇਜਰ ਅਪੁਆਇੰਟ ਆ ਅਤੇ ਸਾਡੇ CO ਸਾਹਿਬ ਆਏ ਸੀ, ਅਸੀਂ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਅਤੇ ਉਹਨਾਂ ਨੇ ਇੱਕ ਵੱਧ ਚੜ੍ਹ ਕੇ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਇੱਥੇ ਦਿੱਤੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀ ਡਾਇਰੈਕਸ਼ਨ, ਸੰਤੋਖ ਸਰ ਜਿਹੜੇ ਸਾਡੇ ਆ ਪੂਰੇ ਇਹਨੂੰ ਟੇਕ ਕੇਅਰ ਕਰ ਰਹੇ ਆ, ਉਹਨਾਂ ਦੀ ਡਾਇਰੈਕਸ਼ਨ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸਾਨੂੰ ਉਸੇ ਵੇਲੇ ਇਹ ਚੀਜ਼ ਦੀ ਪ੍ਰਵਾਨਗੀ ਦਿੱਤੀ। ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਕਮੇਟੀ ਨਾਲ ਗੱਲਬਾਤ ਕੀਤੀ ਕਿ ਅਸੀਂ ਇਸ ਤਰ੍ਹਾਂ ਕੂਲਰ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗਰਮੀ ਦਾ ਮਾਹੌਲ ਅੱਗੋਂ ਆ ਰਿਹਾ ਵੈ, ਜੋੜਾ ਸਾਹਿਬ ਹੋ ਗਿਆ, ਉਸ ਤੋਂ ਬਾਅਦ ਜੋੜਾ ਘਰ ਹੋ ਗਿਆ, ਜਾਂ ਅੰਦਰ ਅਸੀਂ ਕੂਲਰ ਅਸੀਂ ਲਗਾ ਰਹੇ ਹਾਂ, ਅਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਨੇ ਵੀ ਇਹ ਸਾਡੀ ਜਿਹੜੀ ਪ੍ਰਵਾਨਗੀ ਹੈ ਉਹ ਅਸੈਪਟ ਕੀਤੀ ਹੈ। ਉਹਨਾਂ ਦੀ ਮੌਜੂਦਗੀ ਕੁਝ ਸਾਡੇ ਲੋਕਲ ਵਪਾਰੀ ਇਲੈਕਟ੍ਰਿਕ ਅਪਲਾਈਸਿਸ ਸੈਂਟਰ ਹਲਬਿਆਰ ਵੱਲੋਂ ਉਹਨਾਂ ਦਾ ਵੀ ਬਹੁਤ ਵੱਡਾ ਇਹਦੇ 'ਚ ਨਾਲ ਯੋਗਦਾਨ ਰਿਹਾ। ਅਸੀਂ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੂਲਰ ਦੇ ਨਾਲ ਨਾਲ ਸਰਵਿਸ ਦੀ ਬੜੀ ਜ਼ਰੂਰਤ ਹੈ। ਸਾਡੇ ਲੋਕਲ ਸਰਵਿਸ ਸੈਂਟਰ ਨੇ ਅਸੀਂ ਇਹਨਾਂ ਦੀ ਵੀ ਡਿਊਟੀ ਲਗਾਈ ਹੈ ਕਿ ਤੁਸੀਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਹਰ ਇੱਕ ਹਫ਼ਤੇ ਬਾਅਦ ਕੂਲਰ ਨੂੰ ਚੈੱਕ ਕਰਦੇ ਰਹੋ ਤਾਂ ਕਿ ਕੋਈ ਵੀ ਇਹਦੀ ਪਾਣੀ ਦੀ ਰਿਕੁਆਇਰਮੈਂਟ ਹੈ ਜਾਂ ਕੋਈ ਵੀ ਰਿਕੁਆਇਰਮੈਂਟ ਹੈ ਉਹਨੂੰ ਅਸੀਂ ਫੁਲਫਿਲ ਕਰ ਦੇਵੋ। ਇੱਕ ਸਰਦਾਰ ਜੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੂਲਰ ਭੇਂਟ ਕੀਤੇ ਗਏ। ਦੱਸਦੇ ਕਿ ਗਰਮੀ ਦੇ ਮੱਦੇਨਜ਼ਰ ਰੋਜ਼ ਹੀ ਲੱਖਾਂ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਤਾਂ ਖਜ਼ਾਨੇ ਭਰਪੂਰ ਹੋਣ ਦੇ ਚੱਲਦੇ ਕੁਝ ਕਮਾਈ ਦਾ ਹਿੱਸਾ ਸੰਗਤਾਂ ਦੀ ਸੇਵਾ ਦੇ ਵਿੱਚ ਲਗਾਇਆ ਗਿਆ। ਕੰਪਨੀ ਦੇ ਵੱਲੋਂ ਇਹ ਸੇਵਾ ਕੀਤੀ ਗਈ ਹੈ ਤਾਂ ਰੋਜ਼ ਹੀ ਲੱਖਾਂ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਨੇ। ਸਮੇਂ ਸਿਰ ਇਹਨਾਂ ਕੂਲਰਾਂ ਦੀ ਸਰਵਿਸ ਹੋਵੇਗੀ। ਤਾਂ ਦੱਸਦੇ ਕਿ ਇੱਕ ਕੰਪਨੀ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੂਲਰ ਭੇਂਟ ਕੀਤੇ ਗਏ ਨੇ। ਪਹਿਲਾਂ ਉਹਨਾਂ ਨੇ SGPC ਤੋਂ ਆਗਿਆ ਮੰਗੀ ਸੀ, ਪ੍ਰਬੰਧਕਾਂ ਤੋਂ ਆਗਿਆ ਮੰਗੀ ਸੀ। ਮਨਜ਼ੂਰ ਹੋਣ ਤੋਂ ਬਾਅਦ ਕੰਪਨੀ ਦੇ ਵੱਲੋਂ ਕੂਲਰ ਨੇ ਜਿਹੜੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਗਏ ਨੇ ਤਾਂ ਜੋ ਸੰਗਤਾਂ ਨੂੰ ਗਰਮੀ ਦੇ ਵਿੱਚ ਇੱਥੇ ਰਾਹਤ ਮਿਲੇ। ਤਾਂ ਸਰਦਾਰ ਜੀ ਦੇ ਵੱਲੋਂ ਇਹ ਕੂਲਰ ਨੇ ਜਿਹੜੇ ਇਹ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਗਏ ਨੇ। ਔਰ ਕੰਪਨੀ ਦੇ ਬਾਰੇ ਔਰ ਉਹਨਾਂ ਦੇ ਮਾਲਕ ਬਾਰੇ ਦੱਸਦੇ ਹੋਏ ਹੋਰ ਕੀ ਕਿਹਾ, ਤੁਸੀਂ ਵੀ ਸੁਣੋ। ਦੇਖੋ ਜੀ, ਮੈਂ ਕੰਪਨੀ ਦਾ ਇੱਕ ਮੌਜੂਦਾ ਇੱਥੇ ਮੈਨੇਜਰ ਅਪੁਆਇੰਟ ਆ ਅਤੇ ਸਾਡੇ CO ਸਾਹਿਬ ਆਏ ਸੀ, ਅਸੀਂ ਉਹਨਾਂ ਨੂੰ ਅਸੀਂ ਲੈ ਕੇ ਆਏ ਸੀ ਅਤੇ ਉਹਨਾਂ ਨੇ ਇੱਕ ਵੱਧ ਚੜ੍ਹ ਕੇ ਆਪਣੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਇੱਥੇ ਦਿੱਤੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀ ਡਾਇਰੈਕਸ਼ਨ, ਸੰਤੋਖ ਸਰ ਜਿਹੜੇ ਸਾਡੇ ਆ ਪੂਰੇ ਇਹਨੂੰ ਟੇਕ ਕੇਅਰ ਕਰ ਰਹੇ ਆ, ਉਹਨਾਂ ਦੀ ਡਾਇਰੈਕਸ਼ਨ ਅਸੀਂ ਉਹਨਾਂ ਨਾਲ ਗੱਲ ਕੀਤੀ ਸੀ ਕਿ ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਸਾਨੂੰ ਉਸੇ ਵੇਲੇ ਇਹ ਚੀਜ਼ ਦੀ ਪ੍ਰਵਾਨਗੀ ਦਿੱਤੀ। ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਕਮੇਟੀ ਨਾਲ ਗੱਲਬਾਤ ਕੀਤੀ ਕਿ ਅਸੀਂ ਇਸ ਤਰ੍ਹਾਂ ਕੂਲਰ ਅਸੀਂ ਡੋਨੇਟ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਗਰਮੀ ਦਾ ਮਾਹੌਲ ਅੱਗੋਂ ਆ ਰਿਹਾ ਵੈ, ਜੋੜਾ ਸਾਹਿਬ ਹੋ ਗਿਆ, ਉਸ ਤੋਂ ਬਾਅਦ ਜੋੜਾ ਘਰ ਹੋ ਗਿਆ, ਜਾਂ ਅੰਦਰ ਅਸੀਂ ਕੂਲਰ ਅਸੀਂ ਲਗਾ ਰਹੇ ਹਾਂ, ਅਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਨੇ ਵੀ ਇਹ ਸਾਡੀ ਜਿਹੜੀ ਪ੍ਰਵਾਨਗੀ ਹੈ ਉਹ ਅਸੈਪਟ ਕੀਤੀ ਹੈ।
ਉਹਨਾਂ ਦੀ ਮੌਜੂਦਗੀ ਕੁਛ ਸਾਡੇ ਲੋਕਲ ਵਪਾਰੀ ਇਲੈਕਟ੍ਰਿਕ ਅਪਲਾਈਸਿਸ ਸੈਂਟਰ ਹਲਬਿਆਰ ਵੱਲੋਂ ਉਹਨਾਂ ਦਾ ਵੀ ਬਹੁਤ ਵੱਡਾ ਇਹਦੇ 'ਚ ਨਾਲ ਯੋਗਦਾਨ ਰਿਹਾ। ਅਸੀਂ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੂਲਰ ਦੇ ਨਾਲ ਨਾਲ ਸਰਵਿਸ ਦੀ ਬੜੀ ਜ਼ਰੂਰਤ ਹੈ ਸਾਡੇ ਲੋਕਲ ਸਰਵਿਸ ਸੈਂਟਰ ਨੇ। ਅਸੀਂ ਇਹਨਾਂ ਨੇ ਵੀ ਡਿਊਟੀ ਲਗਾਈ ਹੈ ਕਿ ਤੁਸੀਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਆ ਕੇ ਹਰ ਇੱਕ ਹਫ਼ਤੇ ਬਾਅਦ ਕੂਲਰ ਨੂੰ ਚੈੱਕ ਕਰਦੇ ਰਹੋ ਤਾਂ ਕਿ ਕੋਈ ਵੀ ਇਹਦੀ ਪਾਣੀ ਦੀ ਰਿਕੁਆਇਰਮੈਂਟ ਹੈ ਜਾਂ ਕੋਈ ਵੀ ਰਿਕੁਆਇਰਮੈਂਟ ਹੈ ਉਹਨੂੰ ਅਸੀਂ ਫੁਲਫਿਲ ਕਰਦੇ ਰਹੋ।